ਹਾਂਜੀ ਦੋਸਤੋ, ਅੱਜ ਆਪਾਂ ਬਣਾਉਣ ਜਾ ਰਹੇ ਹਾਂ ਭੁੱਜੇ ਹੋਏ ਛੋਲਿਆਂ ਦੀ ਪੰਜੀਰੀ, ਜਿਹੜੀ ਕਿ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਬਣਦੀ ਏ। ਜਿੰਨੀ ਜ਼ਿਆਦਾ ਖਾਣ ਵਿੱਚ ਸਵਾਦ ਬਣਦੀ ਏ, ਓਨੀ ਹੀ ਆਪਣੇ ਲਈ ਸਿਹਤਮੰਦ ਵੀ ਹੁੰਦੀ ਏ, ਅਤੇ ਨਾ ਹੀ ਇਹਨੂੰ ਬਣਾਉਣ ਦੇ ਲਈ ਕੋਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਏ। ਬਹੁਤ ਹੀ ਜਲਦੀ ਅਤੇ ਆਸਾਨ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਂਦੀ ਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ 'ਤੇ। ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ। ਹਾਂਜੀ, ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਇੱਥੇ ਕੀ ਸਮਾਨ ਲਿਆ ਵਾ। ਇੱਥੇ ਆਪਾਂ ਅੱਧਾ ਕਿਲੋ ਭੁੱਜੇ ਹੋਏ ਛੋਲੇ ਲਏ ਨੇ ਬਿਨਾਂ ਛਿਲਕੇ ਵਾਲੇ, ਤੁਸੀਂ ਛਿਲਕੇ ਵਾਲੇ ਵੀ ਲੈ ਸਕਦੇ ਹੋ। 50 ਗ੍ਰਾਮ ਕਾਜੂ, 50 ਗ੍ਰਾਮ ਬਦਾਮ, 50 ਗ੍ਰਾਮ ਹੀ ਫੁੱਲ ਮਖਾਣੇ, 350 ਗ੍ਰਾਮ ਆਪਾਂ ਲਿਆ ਵਾ ਗੁੜ, ਅਤੇ ਅੱਧਾ ਕਿਲੋ ਤੋਂ ਥੋੜ੍ਹਾ ਜਿਹਾ ਘੱਟ ਆਪਾਂ ਲਿਆ ਘਿਓ। ਘਿਓ ਜਿਵੇਂ 400 ਗ੍ਰਾਮ ਦੇ ਕਰੀਬ ਆਪਣੇ ਕੋਲ ਘਿਓ ਹੈਗਾ। ਅਤੇ ਸਭ ਤੋਂ ਪਹਿਲਾਂ ਆਪਾਂ ਛੋਲਿਆਂ ਨੂੰ ਪੀਸ ਲੈਂਦੇ ਹਾਂ। ਹਾਂਜੀ, ਛੋਲੇ ਆਪਾਂ ਪੀਸ ਲਏ ਨੇ, ਇੱਦਾਂ ਦਾ ਤੁਸੀਂ ਬਣਾ ਲੈਣਾ। ਇਹਨਾਂ ਦਾ ਪਾਊਡਰ ਜਿਹਾ ਜ਼ਿਆਦਾ ਨਾ ਹੋਵੇ, ਦਾਣੇਦਾਰ ਜਿਹਾ ਬਰੀਕ ਜਿਹਾ ਪੀਸ ਲੈਣਾ ਇਸਨੂੰ। ਅਤੇ ਹੁਣ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ। ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਜਲਦੀ ਜਲਦੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਇੱਥੇ ਆਪਾਂ ਇੱਕ ਕੜਛੀ, ਹੁਣ ਆਪਾਂ ਦੇਸੀ ਘਿਓ ਆ ਕੜਾਹੀ ਦੇ ਵਿੱਚ ਪਾ ਲੈਂਦੇ ਹਾਂ। ਇਸ ਨੂੰ ਗਰਮ ਹੋਣ ਦੇਵਾਂਗੇ ਘਿਓ ਨੂੰ, ਮੱਠੀ ਮੱਠੀ ਆਂਚ 'ਤੇ ਆਪਾਂ ਘਿਓ ਨੂੰ ਗਰਮ ਕਰ ਲਵਾਂਗੇ। ਸਭ ਤੋਂ ਪਹਿਲਾਂ ਜ਼ਿਆਦਾ ਫਲੇਮ ਆਪਾਂ ਗੈਸ ਦੀ ਹਾਈ ਨਹੀਂ ਕਰਾਂਗੇ। ਹਾਂਜੀ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੈੱਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਤੁਹਾਨੂੰ ਅਗਰ ਮੇਰੀ ਵੀਡੀਓ ਪਸੰਦ ਆਊਗੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰਦੇ ਜਾਣਾ ਜੀ। ਹਾਂਜੀ, ਘਿਓ ਗਰਮ ਹੋ ਗਿਆ ਅਤੇ ਗੈਸ ਦੀ ਫਲੇਮ ਬਿਲਕੁਲ ਆਪਣੀ ਲੋਅ ਆ, ਅਤੇ ਆਪਾਂ ਜਿਹੜੇ ਬਦਾਮ ਆ ਇਹਨਾਂ ਨੂੰ ਭੁੰਨ ਲਵਾਂਗੇ। ਮੱਠੇ ਮੱਠੇ ਫਲੇਮ 'ਤੇ ਆਪਾਂ ਭੁੰਨਣਾ ਵਾ। ਭੁੰਨੇ ਹੋਏ ਬਦਾਮ ਦਾ ਜਿਹੜਾ ਟੇਸਟ ਆ ਪੰਜੀਰੀ ਦੇ ਵਿੱਚ, ਫਲੇਵਰ ਹੈ, ਬਹੁਤ ਹੀ ਵਧੀਆ ਆਉਂਦਾ ਹੈ। ਅਤੇ ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ 2 ਮਿੰਟ ਦੇ ਲਈ ਭੁੰਨ ਲਵਾਂਗੇ। ਹਾਂਜੀ, ਦੇਖੋ 2 ਮਿੰਟ ਹੋ ਗਏ ਨੇ ਆਪਣੇ ਬਦਾਮ ਆਪਾਂ ਭੁੰਨ ਲਏ ਨੇ। ਦੇਖੋ ਇਹ ਥੋੜ੍ਹੇ ਜਿਹੇ ਫੁੱਲ ਵੀ ਗਏ ਨੇ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਘਿਓ ਦੇ ਵਿੱਚੋਂ ਨਹੀਂ ਕੱਢਦੇ ਤਾਂ ਥੋੜ੍ਹੇ ਜਿਹੇ ਫੁੱਲ ਵੀ ਜਾਂਦੇ ਨੇ। ਇਹਨਾਂ ਨੂੰ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਦੇਵਾਂਗੇ। ਅਤੇ ਹੁਣ ਆਪਾਂ ਉਸੇ ਘਿਓ ਦੇ ਵਿੱਚ ਹੀ ਐਡ ਕਰ ਦੇਵਾਂਗੇ ਕਾਜੂ। ਕਾਜੂ ਵੀ ਆਪਾਂ ਇਸ ਤਰ੍ਹਾਂ ਹੀ ਰੋਸਟ ਕਰ ਲਵਾਂਗੇ। 1.5 ਤੋਂ 2 ਮਿੰਟ ਦੇ ਤੱਕ ਆਪਾਂ ਇਹਨਾਂ ਨੂੰ ਚਲਾਉਂਦੇ ਹੋਏ ਰੋਸਟ ਕਰ ਲਵਾਂਗੇ। ਗੈਸ ਦੀ ਫਲੇਮ ਤੁਸੀਂ ਬਿਲਕੁਲ ਲੋਅ ਰੱਖਣੀ ਹੈ। ਅਗਰ ਤੁਸੀਂ ਹਾਈ ਫਲੇਮ 'ਤੇ ਇਹਨਾਂ ਨੂੰ ਰੋਸਟ ਕਰੋਗੇ ਤਾਂ ਇਹ ਜਲ ਜੇ ਜਾਣਗੇ, ਖਾਣ ਦੇ ਵਿੱਚ ਵੀ ਕੌੜੇ ਜਿਹੇ ਹੋ ਜਾਣਗੇ। ਹਾਂਜੀ, ਦੇਖੋ ਹਲਕਾ ਜਿਹਾ ਬਰਾਊਨ ਜਿਹਾ ਕਲਰ ਇਹਨਾਂ ਦੇ ਉੱਪਰ ਆ ਗਿਆ ਵਾ, ਬਸ ਇੰਨੇ ਹੀ ਆਪਾਂ ਭੁੰਨੇ ਨੇ। ਹੁਣ ਆਪਾਂ ਕਾਜੂ ਵੀ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ। ਹਾਂਜੀ, ਦੇਖੋ ਕਾਜੂ ਅਤੇ ਬਦਾਮ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ। ਹੁਣ ਆਪਾਂ ਜਿਹੜੇ ਫੁੱਲ ਮਖਾਣੇ ਰੱਖੇ ਹੋਏ ਆ ਉਹ ਵੀ ਆਪਾਂ ਰੋਸਟ ਕਰ ਲਵਾਂਗੇ, ਘਿਓ ਦੇ ਵਿੱਚ ਪਾ ਦੇਵਾਂਗੇ। ਇਹਨਾਂ ਨੂੰ ਵੀ ਆਪਾਂ 3 ਤੋਂ 4 ਮਿੰਟ ਲਈ ਚਲਾਉਂਦੇ ਹੋਏ ਲੋ ਟੂ ਮੀਡੀਅਮ ਫਲੇਮ 'ਤੇ ਆਪਾਂ ਇਹਨਾਂ ਨੂੰ ਵੀ ਭੁੰਨ ਲਵਾਂਗੇ। ਬਸ ਇਹਨਾਂ ਨੂੰ ਚਲਾਉਂਦੇ ਰਹਿਣਾ ਵਾ। ਅਤੇ ਇਹਨਾਂ ਦੇ ਭੁੱਜਣ ਦੀ ਇੱਕੋ ਇੱਕ ਨਿਸ਼ਾਨੀ ਆ ਵੀ ਜਦੋਂ ਤੁਸੀਂ ਇਹਨਾਂ ਨੂੰ ਤੋੜ ਕੇ ਵੇਖੋਗੇ ਤਾਂ ਇਹ ਟੁੱਟਣ ਲੱਗ ਜਾਂਦੇ ਨੇ। ਦੇਖੋ ਇਹ ਹਲੇ ਆਪਣੇ ਆਪ ਟੁੱਟ ਨਹੀਂ ਰਹੇ ਅਤੇ ਇਹਨਾਂ ਨੂੰ ਸੇਕ ਹੋਰ ਲੱਗ ਰਿਹਾ ਵਾ। ਆਪਾਂ ਫਿਰ ਚਲਾਉਂਦੇ ਹੋਏ ਇਹਨਾਂ ਨੂੰ ਭੁੰਨਾਂਗੇ। ਹਾਂਜੀ, ਹੁਣ ਆਪਾਂ ਦੇਖਦੇ ਹਾਂ। ਹਾਂਜੀ, ਦੇਖੋ ਆਪਣਾ ਜਿਹੜਾ ਫੁੱਲ ਮਖਾਣਾ ਵਾ ਭੁਰ ਗਿਆ ਵਾ, ਇਹਦਾ ਮਤਲਬ ਕਿ ਇਹ ਵੀ ਭੁੱਜ ਚੁੱਕੇ ਨੇ। ਹੁਣ ਆਪਾਂ ਇਹਨਾਂ ਨੂੰ ਵੀ ਸਾਈਡ 'ਤੇ ਪਲੇਟ ਵਿੱਚ ਕੱਢ ਲਵਾਂਗੇ।
ਇਹਨਾਂ ਨੂੰ ਥੋੜ੍ਹਾ ਜਿਹਾ ਠੰਡਾ ਹੋਣ 'ਤੇ ਇਹਨਾਂ ਦਾ ਆਪਾਂ ਦਰਦਰਾ ਜਿਹਾ ਪਾਊਡਰ ਬਣਾ ਲਵਾਂਗੇ। ਜ਼ਿਆਦਾ ਬਰੀਕ ਨਹੀਂ ਬਣਾਉਣਾ ਗਾ, ਦਰਦਰਾ ਜਿਹਾ ਹੀ ਪਾਊਡਰ ਬਣਾਵਾਂਗੇ ਤਾਂ ਜੋ ਇਹ ਜੋ ਦੰਦਾਂ ਦੇ ਨੀਚੇ ਆਊਗਾ ਤਾਂ ਇਹਨਾਂ ਦਾ ਆਪਦਾ ਪੰਜੀਰੀ ਦੇ ਵਿੱਚ ਫਲੇਵਰ ਆਊਗਾ। ਹੁਣ ਆਪਾਂ ਜਿਹੜਾ ਬਾਕੀ ਬਚਿਆ ਘਿਓ ਸੀ ਉਹ ਵੀ ਇਸ ਦੇ ਵਿੱਚ ਐਡ ਕਰ ਲਵਾਂਗੇ ਅਤੇ ਕੜਛੀ ਘਿਓ ਆਪਾਂ ਸਾਈਡ 'ਤੇ ਰੱਖ ਲਵਾਂਗੇ। ਆਪਣਾ 300 ਗ੍ਰਾਮ ਜਿਹੜਾ ਆਪਣਾ ਘਿਓ ਲੱਗਦਾ, ਅੱਧਾ ਕਿਲੋ ਤੋਂ ਘੱਟ ਹੀ ਘਿਓ ਲੱਗਦਾ ਇਸ ਦੇ ਵਿੱਚ ਪੰਜੀਰੀ ਦੇ ਵਿੱਚ। ਮੈਂ ਪਹਿਲਾਂ ਇਹ ਮਗਜ਼ ਰੱਖਣੇ ਭੁੱਲ ਗਈ ਸੀ ਅਤੇ ਆਪਾਂ ਮਗਜ਼ ਵੀ ਪੰਜੀਰੀ ਦੇ ਵਿੱਚ ਐਡ ਕਰੇ ਨੇ। ਹੁਣ ਆਪਾਂ ਘਿਓ ਗਰਮ ਕਰਕੇ ਉਸ ਦੇ ਵਿੱਚ ਮਗਜ਼ ਐਡ ਕਰਤੇ ਨੇ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਰੋਸਟ ਕਰ ਲਵਾਂਗੇ। ਜਦੋਂ ਇਹ ਚਟਕਣ ਜੇ ਲੱਗ ਗਏ ਉਦੋਂ ਆਪਾਂ ਇਸ ਦੇ ਵਿੱਚ ਜਿਹੜਾ ਆਪਣਾ ਭੁੱਜੇ ਹੋਏ ਛੋਲਿਆਂ ਦਾ ਆਪਾਂ ਪਾਊਡਰ ਬਣਾਇਆ ਵਾ ਨਾ, ਉਹ ਆਪਾਂ ਐਡ ਕਰ ਦੇਵਾਂਗੇ। ਅਤੇ ਜਿਹੜੇ ਮਗਜ਼ ਆਪਣੇ ਰੋਸਟ ਹੋ ਗਏ ਨੇ, ਹੁਣ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਭੁੱਜੇ ਹੋਏ ਛੋਲਿਆਂ ਦਾ ਪਾਊਡਰ ਇਸ ਦੇ ਵਿੱਚ ਐਡ ਕਰ ਦੇਵਾਂਗੇ। ਛੋਲੇ ਆਪਣੇ ਪਹਿਲਾਂ ਹੀ ਭੁੱਜੇ ਹੋਏ ਸੀ ਤਾਂ ਕਰਕੇ ਆਪਾਂ ਇਹਨਾਂ ਨੂੰ ਜ਼ਿਆਦਾ ਸੇਕ ਨਹੀਂ ਲਵਾਵਾਂਗੇ, ਆਪਾਂ ਇਹਨਾਂ ਨੂੰ ਸਿਰਫ ਗਰਮ ਹੀ ਕਰਾਂਗੇ। ਜਦੋਂ ਆਪਣਾ ਇਹ ਆਟਾ ਭੁੱਜੇ ਹੋਏ ਛੋਲਿਆਂ ਦਾ ਗਰਮ ਜਿਹਾ ਹੋ ਗਿਆ ਉਦੋਂ ਆਪਾਂ ਇਸ ਨੂੰ ਨੀਚੇ ਉਤਾਰ ਦੇਵਾਂਗੇ। ਘਿਓ ਪਹਿਲਾਂ ਆਪਾਂ ਕੜਛੀ, 1.5 ਕੜਛੀ ਆਪਾਂ ਸਾਈਡ 'ਤੇ ਬਚਾ ਲਿਆ ਵਾ। ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਅਗਰ ਆਪਾਂ ਨੂੰ ਲੱਗੂਗਾ ਵੀ ਲੋੜ ਹੋਊਗੀ ਤਾਂ ਆਪਾਂ ਇਸ ਦੇ ਵਿੱਚ ਘਿਓ ਹੋਰ ਐਡ ਕਰਦੇ ਜਾਵਾਂਗੇ। ਇੱਕਦਮ ਆਪਾਂ ਘਿਓ ਨਹੀਂ ਪਾਵਾਂਗੇ, ਆਪਾਂ ਨੂੰ ਘਿਓ ਦੀ ਜ਼ਰੂਰਤ ਪਊਗੀ ਕਿਉਂਕਿ ਜਿਹੜਾ ਚਣਿਆਂ ਦਾ ਪਾਊਡਰ ਹੁੰਦਾ, ਚਣੇ ਹੁੰਦੇ ਆ ਇਹ ਜਿਹੜੇ, ਇਹ ਡਰਾਈ ਹੁੰਦੇ ਨੇ, ਥੋੜ੍ਹਾ ਜਿਹਾ ਘਿਓ ਇਹ ਜ਼ਿਆਦਾ ਹੀ ਲੈਂਦੇ ਨੇ ਤਾਂ ਕਰਕੇ ਘਿਓ ਆਪਾਂ ਇਸ ਦੇ ਵਿੱਚ ਹੋਰ ਐਡ ਕਰਾਂਗੇ। ਹਾਂਜੀ, ਇੱਥੇ ਆਪਾਂ ਹੁਣ ਇਸ ਦੇ ਵਿੱਚ 1 ਕੜਛੀ ਹੋਰ ਘਿਓ ਦੀ ਐਡ ਕਰਾਂਗੇ। ਆਪਾਂ 1.5 ਤੋਂ 2 ਕੜਛੀਆਂ ਬਚਾਈਆਂ ਸੀ ਅਤੇ 1 ਕੜਛੀ ਦੇ ਕਰੀਬ ਆਪਾਂ ਘਿਓ ਇਸ ਦੇ ਵਿੱਚ ਹੋਰ ਐਡ ਕਰ ਦਿੱਤਾ। ਆਪਾਂ 1.5 ਕਿਲੋ ਦੇ ਕਰੀਬ ਘਿਓ ਲਿਆ ਸੀ, 1.5 ਕਿਲੋ ਤੋਂ ਘੱਟ ਹੀ ਘਿਓ ਇਸ ਦੇ ਵਿੱਚ ਲੱਗਾ ਹੈ। ਬਸ ਇਸ ਤੋਂ ਜ਼ਿਆਦਾ ਤੁਸੀਂ ਘਿਓ ਨਹੀਂ ਪਾਉਣਾ ਗਾ। ਹੁਣ ਤੁਸੀਂ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਦਾ ਹੀ ਤੁਸੀਂ ਜਿਹੜਾ ਪਾਊਡਰ ਤਿਆਰ ਕਰਨਾ ਵਾ, ਇੰਨਾ ਕੁ ਘਿਓ ਪਾ ਕੇ ਕਰਨਾ ਵਾ ਤਿਆਰ। ਇਸ ਨੂੰ ਵੀ ਆਪਾਂ ਘਿਓ ਜਿੰਨਾ ਚਿਰ ਤੱਕ ਆਪਣਾ ਮੈਲਟ ਨਹੀਂ ਹੋ ਜਾਂਦਾ ਉਨਾ ਟਾਈਮ ਤੱਕ ਆਪਾਂ ਚਲਾਉਂਦੇ ਜਾਵਾਂਗੇ। ਅਤੇ ਜਿਹੜੀ ਗੈਸ ਦੀ ਫਲੇਮ ਆ ਬਿਲਕੁਲ ਲੋ 'ਤੇ ਆ। ਹਾਂਜੀ, ਪੰਜੀਰੀ ਬਣਾਉਣ ਦੇ ਲਈ ਆਪਣਾ ਜਿਹੜਾ ਛੋਲਿਆਂ ਦਾ ਆਟਾ ਵਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਵਾ ਅਤੇ ਗਰਮ ਹੋ ਚੁੱਕਿਆ। ਹੁਣ ਆਪਾਂ ਗੈਸ ਦੇ ਉੱਪਰ ਇੱਕ ਹੋਰ ਪੈਨ ਰੱਖ ਲਵਾਂਗੇ ਅਤੇ ਜਿਹੜਾ ਆਪਾਂ ਗੁੜ ਆਪਾਂ ਰੱਖਿਆ ਸੀਗਾ ਭੋਰ ਕੇ ਉਸ ਨੂੰ ਆਪਾਂ ਪੈਨ ਦੇ ਵਿੱਚ ਐਡ ਕਰਾਂਗੇ ਅਤੇ 1.5 ਕੱਪ ਇਸ ਦੇ ਵਿੱਚ ਆਪਾਂ ਪਾਵਾਂਗੇ ਪਾਣੀ ਦਾ। ਹਾਂਜੀ, 1.5 ਕੱਪ ਆਪਾਂ ਇਸ ਦੇ ਵਿੱਚ ਪਾਣੀ ਦਾ ਐਡ ਕਰਿਆ ਵਾ ਅਤੇ ਇਸ ਨੂੰ ਆਪਾਂ ਚਲਾਉਂਦੇ ਹੋਏ ਘੋਲ ਲਵਾਂਗੇ। ਇਸ ਨੂੰ ਆਪਾਂ ਉਨਾ ਟਾਈਮ ਤੱਕ ਪਕਾਉਣਾ ਜਿੰਨਾ ਟਾਈਮ ਤੱਕ ਇਹ ਸੰਘਣਾ ਨਹੀਂ ਹੋ ਜਾਂਦਾ ਗਾ। ਹਾਂਜੀ, ਦੇਖੋ ਗੁੜ ਆਪਣਾ ਘੁਲ ਗਿਆ ਵਾ ਅਤੇ ਚਾਸ਼ਨੀ ਵੀ ਆਪਣੀ ਕਾਫੀ ਜ਼ਿਆਦਾ ਸੰਘਣੀ ਜੀ ਹੋ ਗਈ ਹੈ। ਇਸ ਤਰ੍ਹਾਂ ਦੇ ਨਾਲ ਤੁਸੀਂ ਚੈੱਕ ਕਰ ਲੈਣਾ, ਇਸ ਤਰ੍ਹਾਂ ਦੇ ਨਾਲ ਇੱਦਾਂ ਦੀ ਤਾਰ ਜੀ ਬਣਦੀ ਹੋਵੇ ਅਤੇ ਚਾਸ਼ਨੀ ਤਿਆਰ ਕਰ ਲੈਣੀ ਹੈ। ਇਸ ਤੋਂ ਵੱਧ ਨਹੀਂ ਤੁਸੀਂ ਇਸ ਨੂੰ ਪਕਾਉਣਾ, ਗੈਸ ਦੀ ਫਲੇਮ ਜਿਹੜੀ ਹੁਣ ਬੰਦ ਕਰ ਦੇਣੀ ਹੈ। ਸੋ ਆਪਣਾ ਜਿਹੜਾ ਛੋਲਿਆਂ ਦਾ ਪਾਊਡਰ ਵੀ ਆਪਾਂ ਨਿੱਘਾ ਜਿਹਾ ਹੀ ਰੱਖਣਾ, ਅਗਰ ਠੰਡਾ ਹੋ ਗਿਆ ਤਾਂ ਤੁਸੀਂ ਇਸ ਨੂੰ ਦੁਬਾਰਾ ਥੋੜ੍ਹਾ ਜਿਹਾ ਗਰਮ ਕਰ ਲੈਣਾ। ਅਤੇ ਹੁਣ ਜਿਹੜੇ ਆਪਾਂ ਬਦਾਮ, ਕਾਜੂ ਅਤੇ ਫੁੱਲ ਮਖਾਣੇ ਆਪਾਂ ਰੋਸਟ ਕਰਕੇ ਰੱਖੇ ਸੀ, ਹੁਣ ਆਪਾਂ ਇਸ ਦੇ ਵਿੱਚ ਉਹਨਾਂ ਦਾ ਪਾਊਡਰ ਮਿਕਸ ਕਰ ਦੇਵਾਂਗੇ। ਅਤੇ ਛੋਲਿਆਂ ਦੇ ਆਟੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਚਲਾਉਂਦੇ ਹੋਏ ਮਿਕਸ ਕਰ ਲਵਾਂਗੇ।
ਹਾਂਜੀ, ਡਰਾਈ ਫਰੂਟਸ ਆਪਾਂ ਮਿਕਸ ਕਰ ਲਏ ਨੇ। ਹੁਣ ਆਪਾਂ ਜਿਹੜੀ ਗੁੜ ਦੀ ਚਾਸ਼ਨੀ ਬਣਾਈ ਸੀ ਉਸਨੂੰ ਆਪਾਂ ਭੁੰਨ ਕੇ ਇਸ ਦੇ ਵਿੱਚ ਐਡ ਕਰ ਲਵਾਂਗੇ। ਇਹ ਆਪਾਂ ਦੋ ਵਾਰਾਂ ਕਰਕੇ ਐਡ ਕਰਾਂਗੇ, ਇੱਕੇ ਵਾਰ ਤੁਸੀਂ ਐਡ ਨਹੀਂ ਕਰਨੀ। ਪਹਿਲਾਂ ਅੱਧਾ ਗੁੜ ਵਾਲਾ ਪਾਣੀ ਪਾ ਕੇ, ਜਾਂ ਗੁੜ ਵਾਲੀ ਚਾਸ਼ਨੀ ਜਿਹਨੂੰ ਆਪਾਂ ਆਖਾਂਗੇ, ਉਹ ਪਾ ਕੇ ਇਸਨੂੰ ਤੁਸੀਂ ਚਲਾ ਲੈਣਾ ਵਾ, ਚਲਾਉਂਦੇ ਹੋਏ ਮਿਕਸ ਕਰ ਲੈਣਾ ਵਾ। ਧਿਆਨ ਰੱਖਣਾ ਕਿ ਜਿਹੜਾ ਆਪਣਾ ਪੰਜੀਰੀ ਵਾਲਾ ਆਟਾ ਹੋਊਗਾ ਛੋਲਿਆਂ ਦਾ, ਉਸ ਉਹ ਵੀ ਨਿੱਘਾ ਜਿਹਾ ਹੋਵੇ। ਅਗਰ ਠੰਡਾ ਹੋ ਗਿਆ ਤਾਂ ਉਸਨੂੰ ਤੁਸੀਂ ਥੋੜ੍ਹਾ ਜਿਹਾ ਸੇਕ ਲਵਾ ਕੇ ਗਰਮ ਜਿਹਾ ਕਰ ਲੈਣਾ ਵਾ। ਅਤੇ ਚਾਸ਼ਨੀ ਤੁਸੀਂ ਗਰਮ ਗਰਮ ਹੀ ਐਡ ਕਰਨੀ ਹੈ ਇਸ ਦੇ ਵਿੱਚ। ਹਾਂਜੀ, ਦੇਖੋ ਅੱਧਾ ਆਪਣਾ ਹੁਣ ਮਿਕਸ ਹੋ ਗਿਆ। ਹੁਣ ਜਿਹੜਾ ਹੋਰ ਗੁੜ ਵਾਲਾ ਪਾਣੀ ਬਚਿਆ ਸੀ ਜਾਂ ਚਾਸ਼ਨੀ, ਉਸਨੂੰ ਆਪਾਂ ਫਿਰ ਇਸ ਦੇ ਵਿੱਚ ਐਡ ਕਰ ਲਵਾਂਗੇ। ਤੁਸੀਂ ਚਾਸ਼ਨੀ ਪੁਣਨੀ ਆ, ਉਸ ਤਰ੍ਹਾਂ ਨਹੀਂ ਪਾਉਣੀ, ਕਿਉਂਕਿ ਕਈ ਵਾਰ ਛੋਟੇ ਛੋਟੇ ਗੁੜ ਦੇ ਵਿੱਚ ਕਣ ਹੁੰਦੇ ਨੇ ਅਤੇ ਉਹ ਨਿਕਲ ਜਾਂਦੇ ਨੇ ਪੁਣਨ ਦੇ ਨਾਲ। ਅਤੇ ਹੁਣ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਸ ਨੂੰ ਵੀ ਕਰ ਲਵਾਂਗੇ ਮਿਕਸ। ਹਾਂਜੀ, ਦੇਖੋ ਪੰਜੀਰੀ ਆਪਣੀ ਮਿਕਸ ਹੋ ਗਈ ਹੈ ਅਤੇ ਬਹੁਤ ਹੀ ਸੋਹਣੀ ਆਪਣੀ ਪੰਜੀਰੀ ਦੀ ਲੁੱਕ ਬਣ ਕੇ ਆਈ ਹੈ। ਬਹੁਤ ਜ਼ਿਆਦਾ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ, ਅਤੇ ਬਹੁਤ ਹੀ ਜ਼ਿਆਦਾ ਇਹ ਹੈਲਦੀ ਹੁੰਦੀ ਹੈ। ਇਹ ਹੁਣ ਸਰਦੀਆਂ ਦੇ ਦਿਨ ਨੇ ਅਤੇ ਇਹ ਆਪਾਂ ਨੂੰ ਜ਼ਰੂਰ ਬਣਾ ਕੇ ਘਰਾਂ ਵਿੱਚ ਖਾਣੀ ਚਾਹੀਦੀ ਹੈ, ਬਹੁਤ ਜਲਦੀ ਬਣ ਜਾਂਦੀ ਹੈ। ਗੁੜ ਦੀ ਥਾਂ 'ਤੇ ਤੁਸੀਂ ਸ਼ੱਕਰ ਵੀ ਐਡ ਕਰ ਸਕਦੇ ਹੋ, ਪਰ ਸਰਦੀਆਂ ਨੇ ਸ਼ੱਕਰ ਦੀ ਤਸੀਰ ਜਿਹੜੀ ਠੰਡੀ ਹੁੰਦੀ ਹੈ, ਗੁੜ ਦੀ ਤਸੀਰ ਗਰਮ ਹੁੰਦੀ ਹੈ, ਇਸ ਲਈ ਆਪਾਂ ਨੂੰ ਸਰਦੀਆਂ ਦੇ ਵਿੱਚ ਗੁੜ ਹੀ ਇਸ ਦੇ ਵਿੱਚ ਐਡ ਕਰਨਾ ਚਾਹੀਦਾ ਹੈ। ਹੁਣ ਆਪਾਂ ਇਸ ਨੂੰ ਸਾਈਡ 'ਤੇ ਕਿਸੇ ਵੀ ਭਾਂਡੇ ਦੇ ਵਿੱਚ ਤੁਸੀਂ ਇਸ ਨੂੰ ਕੱਢ ਲੈਣਾ ਵਾ, ਜਾਂ ਏਅਰ ਟਾਈਟ ਕੰਟੇਨਰ ਦੇ ਵਿੱਚ ਤੁਸੀਂ ਇਸ ਨੂੰ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਪੰਜੀਰੀ ਦੀ ਰੈਸਪੀ ਪਸੰਦ ਆਈ ਹੋਊਗੀ। ਅਗਰ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਅਤੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।